ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀ ਵੀ ਯੂਟਿਊਬ ਚੈਨਲ 'ਤੇ। ਦੋਸਤੋ ਅੱਜ ਦੀ ਵੀਡੀਓ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ, ਤਹਿਸੀਲ ਵੀ ਮੋਗਾ ਹੀ ਹੈ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145401968। ਦੋਸਤੋ ਅੱਜ ਵੀਰ ਜੈ ਦੇ ਘਰ ਆਏ ਹਾਂ, ਨੌਜਵਾਨ ਵੀਰ ਆ, ਵਪਾਰ ਦਾ ਕੰਮ ਕਰਦਾ, ਡੇਲੀ ਪਸ਼ੂ ਆਉਂਦੇ ਆ, ਸੇਲ ਹੋ ਕੇ ਜਾਂਦੇ ਆ। ਡੇਲੀ 9-10 ਪਸ਼ੂ ਇਸ ਘਰੇ ਸੇਲ ਲਈ ਅਵੇਲੇਬਲ ਹੁੰਦੇ ਆ, ਅਤੇ ਮੋਗੇ ਵਾਲੇ ਇਸ ਏਰੀਏ 'ਚੋਂ ਮੁੱਲ ਰੇਟ ਵੀ ਸਾਰਿਆਂ ਨਾਲੋਂ ਜਾਇਜ਼ ਹੀ ਹੁੰਦੇ ਬਾਈ ਦੇ। ਬਾਕੀ ਜਿਹੜੇ ਡੇਲੀ ਵੀਡੀਓ ਵੇਖਦੇ ਆ ਵੀਰ ਦੀਆਂ ਸਾਰੇ ਜਾਣਦੇ ਹੀ ਆ, ਅਤੇ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹਿੰਮਤ ਲਾਈਵ ਟੀ ਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈੱਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਡੇਲੀ ਜਿਹੜੀਆਂ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ ਦੇ ਵਿੱਚ ਆ ਸਾਰਾ ਹੀ ਮਾਲ ਸੇਲ ਹੈ, ਵਿਕਾਊ ਹੈ, ਇਨਫੋਰਮੇਸ਼ਨ ਲੈ ਦਿੰਦਾ, ਉਹ ਕਰਦੇ ਹਾਂ ਗੱਲਬਾਤ, ਦਿੰਦੇ ਹਾਂ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਅਤੇ ਐਡਰੈਸ? ਦਾ ਨਾਮ ਵੀਰੇ ਜੈ ਸਿੰਘ ਆ, ਪਿੰਡ ਮਹਿਰੋਂ ਜੀ, ਤਹਿਸੀਲ ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ 98142499 ਉੱਤੇ, 98142499 ਉੱਤੇ। ਜੈ ਸਾਰਾ ਮਾਲ ਹੀ ਵਿਕਾਊ ਆ? ਹਾਂਜੀ ਵੀਰ। ਇੱਕ ਨੰਬਰ ਤੋਂ ਸ਼ੁਰੂ ਕਰ ਲਈਏ, ਨੀਲੀ ਤੋਂ ਕਹਿਣਵਾ ਸੂਆ? ਇੱਕ ਨੰਬਰ ਵੀਰੇ ਦੂਜਾ ਸੂਆ ਪਿਓਰ, ਮਾਲਕਾਂ ਨੇ ਪਹਿਲੇ ਸੂਏ ਕਹਿੰਦੇ 11-12 ਕਿਲੋ ਦੁੱਧ ਚੋਇਆ, ਤੋ ਉਹ ਥਾਣਾ ਵੀਰੇ ਜਮਾਂਦਰੂ ਨੀਲੀ ਦਾ ਜਵਾਨੀ ਆ, ਮੂੰਹ 6 ਦਾਨ ਦਾ ਛਿੱਗੀ। ਹਾਂ ਨਹੀਂ ਆਪਾਂ ਵੀਰੇ ਕਹਿੰਦਾ ਤੀਜਾ ਵੀ ਮੰਨ ਲੈ ਭਾਵਾਂ ਸੂਆ ਕੋਈ ਚੱਕਰ ਵਾਲੀ ਗੱਲ, 6 ਦਾਨ ਦਾ ਮੂੰਹ ਜਮਾਂਦਰੂ, 2 ਥਾਣੀ ਦੁੱਲ। ਹਾਂ ਕੋਈ ਫੋਟ ਛਾਂਗ ਕੁਛ ਨਹੀਂ, ਦੁੱਧ ਭਰਾ ਮੇਰਾ ਮੈਂ ਸੀ ਵੀ ਨਹੀਂ ਵੀਰੇ ਕਿਤੇ। ਹਾਂ ਇਹ ਤਾਂ ਗੱਲ ਹੈਗੀ, ਮੂੰਹ ਵੀ ਨੀਲੀ ਰਾਵੀ ਦੀ, ਪਿੰਡਾਂ ਪੁੰਡਾਂ ਬਹੁਤ ਚੰਗਾ, ਕੋਈ ਇਲਾਕੇ ਵੀ ਚੰਗੇ ਨਹੀਂ। ਸੂਈ ਨੂੰ ਸਮਾਂ? ਸੂਈ ਭਾਈ ਹੁਣੀ ਸੂਈ ਆ, ਪੁੱਤ ਓਏ ਪੁੱਤ ਅਜੇ ਚੱਕ ਕੇ ਲਈ ਮਾੜੀ ਜਿਹਾ ਬੱਟਰ 'ਚ ਪਈ ਵੀਰੇ ਜੇਰ ਸਿੱਟੀ। ਬੱਚਾ ਕੀ ਮਗਰ? ਮਗਰ ਕੱਟੀ ਆ। ਕਿੰਨਾ ਕੁ ਦੁੱਧ ਪਿਆ ਜੂ? ਦੁੱਧ ਵੀਰੇ 13-14 ਕਿਲੋ ਤਾਂ ਆਰਾਮ ਨਾਲ ਪਿਆ ਦੂਗੀ, ਜੇ ਹਿਸਾਬ ਨਾਲ ਕਾਨੂੰਨ ਦਾ 12 ਕਿਲੋ ਚੋਇਆ ਉਹਨਾਂ ਨੇ। ਠੀਕ ਹੈ, ਬਾਕੀ ਯਾਰ ਬਾਈ ਸੇਵਾ ਦਾ ਦੁੱਧ ਦਾ ਯਾਰ। ਹਾਂ ਆਪਾਂ ਵੱਡੇ ਬਾਈ ਸਾਲਾ ਕਹਿੰਦੇ ਹੀ ਨਹੀਂ ਅਗਲੇ ਨੂੰ ਯਾਰ, ਅਗਲੇ ਨੇ ਵੇਖ ਲੈਣਾ ਮੈਂ ਵੀ ਚੰਗੀ ਆ, ਚਵਾਈ ਚੰਗੀ ਆ, ਅਗਲੇ ਨੇ ਆਪ ਵੇਖਣਾ। ਜੈ ਜੈ ਮੁੱਲ ਪਰ ਯਾਰ, ਮੁੱਲ ਤਾਂ ਮੈਂ ਤਾਂ ਭਾਵਾਂ ਯਾਰ 1.5 ਦੀ ਵੇਚ ਲੈਂਦੇ, 1.70 ਦੀ ਵੇਚ ਲੈਂਦੇ, ਜਿੰਨੇ ਦੀ ਮੈਂ ਵੇਚਦਾ ਝੂਠੀ ਸੀ ਬਾਈ, ਹੁਣ 1-5 ਦੀ ਮੈਂ ਹਾਂ ਨਾ ਦੇ ਦਿਆਂਗੇ, ਪਰ ਹੁਣ ਵੀ ਇਹ ਤੋਹਫਾ ਬਾਈ, ਤੋਹਫਾ ਐਂ ਵੀ ਅੱਜ ਰੱਖ ਦੇ ਪੁੱਤ, ਅੱਜ ਹੀ ਰੱਖ ਦੇ। ਜੇਰ ਪੈ ਗਈ ਕੰਪਲੀਟ, ਬੱਠਲ ਜੇਰ ਦਾ, ਜੇਰ ਵਾਲੇ ਪਾਸੋਂ ਡਾਲ ਨਾ ਥੋੜਾ ਜਿਹਾ ਹੀ ਪੈਂਦਾ। ਠੀਕ ਹੈ, ਕੱਢੀਏ ਬਾਹਰ ਨੂੰ। ਆ ਦੋਸਤੋ ਇੱਕ ਨੰਬਰ ਬਹੁਤ ਸੋਹਣੀ ਨੀਲੀ ਰਾਵੀ ਦੀ, ਦੂਜਾ ਸੂਆ, ਮੂੰਹ ਤੋਂ 6 ਦੰਦ, ਤਾਜ਼ੀ ਸੂਈ ਸਵਾਈ, ਟੌਪ ਦੀ ਝੋਟੀ ਹੈ, ਕੱਦ ਕਾਠ ਪੂਰਾ ਹੀ ਹੈ, ਵਜਨ ਵੀ ਬਹੁਤ ਹੈ, ਹਵਾਨਾ ਵੀ ਕਰਮ ਵਾਲੀ ਨੇ ਸੋਹਣਾ ਤਿਆਰ ਕੀਤਾ। ਅਤੇ ਇੱਕ ਖਾਸ ਇੰਟਰਸਟਿੰਗ ਗੱਲ ਰਹੂਗੀ ਕਿ ਜਮਾਂਦਰੂ ਦੁੱਲ ਹੈ। ਇੱਕ ਤਾਂ ਹੁੰਦਾ ਕਿ ਸੂਏ ਤੋਂ ਬਾਅਦ ਕਵੀ ਪਸ਼ੂ ਤਿਲ ਹੋ ਗਿਆ, ਉਹ ਗੱਲਾਂ ਤਾਂ ਚਲੋ ਵੱਖ ਰਹਿ ਗਈਆਂ, ਪਰ ਇਹਦੇ ਕੋਈ ਨਿਸ਼ਾਨ ਨਹੀਂ, 2 ਹੀ ਥਾਣ ਹੈ, ਕੋਈ ਵਾਧੂ ਆਏ ਨੀਗਾ ਕਿ ਫੋਟ ਛਾਂਗ ਵਾਲਾ ਕੋਈ ਨਾਮੋ ਨਿਸ਼ਾਨ ਹੀ ਨਹੀਂ। ਜਵਾਂਦਰੂ ਦੁੱਲ, 2 ਥਣੀ, ਦੂਜਾ ਸੂਆ ਨੀਲੀ ਰਾਵੀ ਦੀ, ਮੂੰਹ ਤੋਂ 6 ਦੰਦ, ਟੌਪ ਦੀ ਝੋਟੀ। ਪਹਿਲੀ ਗੱਲ ਤਾਂ ਜਵਾਂਦਰੂ ਦੁੱਲ ਜਾਂ ਜਵਾਂਦਰੂ ਤਿਲ ਮਿਲਦੀ ਬਹੁਤ ਘੱਟ ਹੈ, ਕੋਈ ਟਾਵਾਂ ਟੱਲਾ, 1-1.5 ਨਗ ਮੱਥੇ ਲੱਗਦਾ ਜੇ ਕੋਈ ਆਪਾਂ ਕਹਿ ਦਈਏ ਧਾ ਕੇ ਜਵਾਂਦਰੂ ਦੁੱਲ ਜਾਂ ਜਵਾਂਦਰੂ ਤਿਲ ਲੈਣੀ ਆ, ਤੇ ਮਿਲਦੀ ਨਹੀਂ ਗੀ, ਇਹ ਤਾਂ ਅਣਕੇ ਨਾਲ ਹੀ ਮਿਲ ਗਈ ਆ। 1,05,000 ਡਿਮਾਂਡ ਹੈ, ਵਿੱਚੋਂ ਮਾਨਤਾਨ ਹੋ ਜੂ, ਮਗਰ ਫੀਮੇਲ ਕੱਪ ਕੱਟੜੀ ਹਵਾਨਾ ਕਰਮ ਵਾਲੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ। ਥਣ 2 ਹੀ ਆ, ਹਾਥੀ ਚਵਾਈ ਵਾਲੇ ਗੁਲਾਬੀ ਗੈਪ 'ਚ ਲੱਗੇ ਹੋਏ ਆ, ਨੀਲੀ ਰਾਵੀ ਵਾਲੀ ਗੁਲਾਬੀ ਮਣਕੀ ਅੱਖ ਹੈ, ਨੀਲੀ ਰਾਵੀ ਦੀ A to Z ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ। 12 ਕਿਲੋ ਦੁੱਧ ਦਿੱਤਾ, ਪਹਿਲੇ ਸੂਏ ਪਲੂਣ ਕੱਟੀ ਨੇ, ਦੂਜੇ ਸੂਏ ਸੂਈ ਹੈ, ਕੋਈ 13-14 ਕਿਲੋ ਵੀਰ ਦੱਸਦਾ ਖੁੱਲ੍ਹਾ ਦੁੱਧ ਪਿਆ ਜੂ।
ਤੇ ਬਿਲਕੁਲ ਸਸਤੇ ਮੁੱਲ ਦੀ ਝੋਟੀ 1,05,000 ਦੀ ਵੀਰ ਕਹਿੰਦਾ ਦੇ ਦੇਣੀ ਆ। ਪਹਿਲੀ ਗੱਲ ਤਾਂ ਜਵਾਂਦਰੂ ਦੌਲਤ ਐਲ ਦਾ ਕੋਈ ਮੁੱਲ ਹੀ ਨੀਗਾ, ਪਰ ਵੀਰ ਨੇ ਬਿਲਕੁਲ ਲੈਣ ਦੇਣ ਵਾਲੀ ਡਿਮਾਂਡ ਜੀ ਕੀਤੀ 1,05,000 ਵਿੱਚੋਂ ਕੋਈ ਮਾਣ ਤਾਣ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜਾਓ। ਟੌਪ ਦੀ ਤਾਜ਼ੀ ਸੂਈ ਸਵਾਈ 6 ਦੰਦ ਝੋਟੀ ਮਗਰ ਕੱਟੀ 2 ਨੰਬਰ ਤੇ ਆ ਜਾਈਏ ਬਾਈ। 2 ਨੰਬਰ ਬਾਰੇ ਵੀਰੇ ਐਵੇਂ ਆਪਾਂ ਕਹਿ ਦਈਏ ਬਣੀ ਆ, ਬਣੀ ਬੁਣੀ ਕੋਈ ਨਹੀਂ ਵੀਰੇ, 2 ਮਹੀਨੇ ਹੋ ਗਏ ਅੱਜ ਸੂਈ ਨੂੰ। ਠੀਕ ਹੈ, ਇਹਨੂੰ ਦੁੱਧ ਦੁੱਧ ਖੁੱਲਾ ਛੱਡ ਦੇ ਰਿਹਾ, ਚੰਗੇ ਬੰਦੇ ਕੋਲ ਸੌਖਿਆ ਖੁਆਈ ਆ ਪੂਰੇ ਆਪਣੇ। ਠੀਕ ਹੈ, ਪੂਰੀ ਚੰਗੀ ਆ ਵੀਰੇ, ਆਪਾਂ ਕਹਿ ਦਈਏ ਹਰਿਆਣੇ ਤੋਂ ਲਈ ਆ, ਹਰਿਆਣੇ ਤੋਂ ਲੋਕਲ ਲਈ ਆ ਬਾਈ। ਠੀਕ ਹੈ, ਝੋਟੀ ਆ ਵੀਰੇ ਕੋਈ ਮੁੱਲ ਨਹੀਂ, ਅੱਜ ਵੀ 1,105 ਦੀ ਆ। ਇਹਦੇ ਮਗਰਲੇ ਥਾਂ 'ਚ ਵੀਰੇ ਛਿੱਟਾ ਮਾਰਦੀ ਹੈ, ਪਹਿਲਾਂ ਦੱਸਿਆ ਚੰਗਾ ਮੁੜ ਕੇ ਅਗਲਾ ਇੱਥੇ ਆ ਜਾਏ ਜਾਂ ਘਰੇ ਮੰਗਾ ਲਏ, ਗਲਤ ਗੱਲ ਨਹੀਂ ਕਰਨੀ। ਦੁੱਧ ਮਾਲਕਾਂ ਨੇ ਵੀਰੇ 11 ਕਿਲੋ ਦੱਸਿਆ, ਆਪਾਂ 9 ਕਿਲੋ ਦੱਸ। ਠੀਕ ਹੈ, ਮਾਲਕਾਂ ਨੇ ਅੱਜ ਹੀ ਆਈ ਆ। ਮਗਰ ਕੀ ਇਹਦੇ ਮਗਰ ਵੀਰੇ ਕੱਟਾ ਮੁੱਲ ਜਾਇਜ਼ ਆ? ਮੁੱਲ ਵੀਰੇ ਆਪਾਂ ਹਾਂ ਨਾ ਬਸ ਦੇ ਦਿਆਂਗੇ, ਬਸ ਦੇਣ। ਇੱਕ ਵੀਰੇ ਹੋਰ ਵੀ ਅੱਜ ਔਫਰ ਹੀ, 200 ਕਿਲੋਮੀਟਰ ਤੇ ਪਹੁੰਚ ਫ੍ਰੀ ਆ, ਫ੍ਰੀ ਹਾਂ, ਜਿੱਥੇ ਮਰਜ਼ੀ 200 ਕਿਲੋਮੀਟਰ ਤੇ ਮੰਗਾ ਲਏ। ਪਰ ਹੋਣੀ ਆ ਵੀਰੇ ਜਿਹੜਾ ਮੁੱਲ ਕਹੇ ਤਾਂ ਉਨੇ ਦੀ। ਠੀਕ, ਘਾਟ ਵਾਧ ਵਾਲਾ ਕੰਮ ਵੀਰੇ ਹੈ ਨਹੀਂ। ਕਿੰਨਾ ਮੁੱਲ ਇਹਦਾ? 75,000 ਦੀ ਦੇਵਾਂਗੇ ਵੀਰੇ। ਇੱਕ ਗੱਲ ਹੋਰ ਆ, 75,000 ਦੀ ਭਾਵੇਂ ਫੰਡਰਾਂ ਵਾਲਿਆਂ ਦੇ ਏਡੀ ਬੜੀ ਝੋਟੀ, ਅੜੀ ਵੀ ਕਿੰਨੇ ਤੇ ਸੋਹਣੀ ਲੱਗੂਗੀ। ਸਹੀ ਗੱਲ ਯਾਰ, ਸੂਈ ਹੁੰਦੀ ਅੱਜ 1.5 ਮੰਗਣਾ ਸੀ। ਹਾਂ, 9 ਕਿਲੋ ਦੁੱਧ, 11 ਦੱਸਿਆ ਵੀਰੇ ਮਾਲਕਾਂ ਨੇ, ਆਪਾਂ 9 ਦੱਸਦੇ ਅੱਜ ਹੀ ਆ। ਕੱਢੀਏ ਬਾਹਰ ਨੂੰ ਮੱਚਾ ਆਹ ਮਗਰ 1 ਨੰਬਰ ਵਾਲਾ, 1 ਨੰਬਰ ਵਾਲਾ ਬੱਚਾ ਮਗਰ ਕੱਟਾ ਮੇਲਕਾ ਕੱਟੜਾ। ਆ ਦੋਸਤੋ 2 ਨੰਬਰ, ਬਹੁਤ ਸੋਹਣੀ ਮੋਹਰਾ ਨਸਲ ਦੀ ਫੁੱਲ ਭਾਰੀ ਝੋਟੀ ਹੈ, ਮਰਾਸੀਆਂ ਦੇ ਢੋਲ ਅਰਗੀ ਆ, 4 ਛਪੇਰੋਂ ਗੋਲ ਮਟੋਲ ਪਈ ਹੈ। 11 ਕਿਲੋ ਦੁੱਧ ਵੀਰ ਕਹਿੰਦਾ, ਜਿਨ੍ਹਾਂ ਤੋਂ ਲਈ ਉਹ ਕਹਿੰਦੇ ਨੈੱਟ ਤਿਆਰ ਆ ਕੰਡੇ ਵਾਲਾ, ਆਪਣੇ ਘਰੇ ਵੀਰ ਕਹਿੰਦਾ ਆਈ ਆ, ਤੁਸੀਂ 9 ਕਿਲੋ ਮੰਨ ਕੇ ਲੈ ਲਓ। ਆਪਾਂ ਲੋਕਲ ਲਈ ਆ, ਕਹਿੰਦਾ ਹਰਿਆਣੇ ਚੋਂ ਨਹੀਂ ਲਈ, ਐਵੇਂ ਕਹੀ ਜਾਈਏ। ਠੀਕ ਹੈ, ਝੋਟੀ ਆ ਸਾਲਾ ਘਰੇ ਇਕੱਲੇ ਤੇ ਖੜੀ ਵੀ ਦੱਸੂਗੀ, ਸਾਰੀ ਚੋ ਕੇ ਬਾਈ 75,000 ਤੇ ਭਾਵੇਂ ਕੱਟਿਆਂ ਨੇ ਫੜਾ ਦਈਏ। ਸਹੀ ਗੱਲ, ਵੀ ਵਜਨ ਵਾਲੀ ਆ। ਦੋਸਤੋ ਇਹ ਵੀ ਬਾਈ ਦੀ 85-90 ਕਰ ਸਕਦੇ ਆ। ਹਾਂ, ਪਰ ਇਹ ਅਗਲੇ ਨੂੰ ਆਪਾਂ ਤੋਹਫਾ ਹੀ ਦੇਣਾ ਬਾਈ, ਚੋ ਕੱਢਣ ਪਾਉਣ ਨੂੰ ਕੁਛ ਨਹੀਂ ਗਾ ਰੁਪਈਆ ਵੀ। ਠੀਕ ਹੈ, ਲੱਦ ਬਲੱਦੀ ਕਰਨੇ ਨੋਟ। ਦੋਸਤੋ ਮੋਹਰਾ ਨਸਲ ਦੀ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਟੌਪ ਦੀ ਝੋਟੀ, ਵੀਰ ਕਹਿੰਦਾ ਸਾਰਾ ਸੂਆ ਅਗਲਾ ਦੁੱਧ ਆ ਪੀ ਕੇ, 75,000 ਦੀ ਤਾਂ ਫੇਰ ਕੱਟਿਆਂ ਨੂੰ ਬਾਈ ਕਹਿੰਦਾ, ਜਦੋਂ ਮਰਜ਼ੀ ਅਗਲਾ ਫੜਾ ਦੇ। ਫੁੱਲ ਹੈਵੀ ਬੋਡੀ ਵੇਟ ਵਾਲੀ ਮੋਹਰਾ ਨਸਲ ਦੀ ਦੂਜਾ ਸੂਆ ਝੋਟੀ ਹੈ, ਮਗਰ ਇਹਦੇ ਮੇਲ ਕਾਪ ਕੱਟੜਾ 1 ਨੰਬਰ ਤੇ ਖੜਾ, ਤੁਹਾਨੂੰ ਵਿਖਾ ਹੀ ਦਿੱਤਾ। ਜਿਨ੍ਹਾਂ ਤੋਂ ਖਰੀਦੀ ਉਹ ਕਹਿੰਦੇ 11 ਕਿਲੋ ਦੁੱਧ ਹੈ, ਤੁਸੀਂ 9 ਕਿਲੋ ਮੰਨ ਕੇ ਸੌਦਾ ਕਰ ਲਿਓ। ਥਣ ਸੋਹਣੇ ਆ, ਆਦੀ ਚਵਾਈ ਵਾਲੇ ਥਣ ਹੈ। ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਦਿੰਦਾ, ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ। 1:00 ਵਜੇ ਵੀਡੀਓ ਬਣਾ ਰਹੇ ਹਾਂ, ਸ਼ਾਮ ਦੀ ਚਵਾਈ 'ਚ ਸਾਰਾ ਦਿਨ ਹੀ ਪਿਆ, ਦੁਪਹਿਰੇ ਵੀਡੀਓ ਬਣਾ ਰਹੇ, ਅੱਧਾ ਦਿਨ ਪਿਆ ਸ਼ਾਮ ਦੀ ਚਵਾਈ 'ਚ। ਫੁੱਲ ਹੈਵੀ ਬੋਡੀ ਵੇਟ ਵਾਲੀ ਹੈ, 75,000 ਦੀ ਤਾਂ ਲਾਪੂ ਵਾਲੇ ਪਾਸੇ ਹੀ ਹੈ, ਭਾਵਾਂ ਦੁੱਧ ਪੀ ਲਏ ਅਗਲਾ, ਜਿੱਦਣੋਂ ਦੁੱਧੋਂ ਹਟ ਜਾਂਦੀ ਆ। 75,000 ਦੀ ਭੱਜ ਕੇ ਕੱਟਿਆਂ ਵਾਲੇ ਵੀ ਲੈ ਜਾਣਗੇ, ਕਿਉਂਕਿ ਝੋਟੀ ਵੱਡੀ ਆ ਅਤੇ ਵਜਨ ਬਹੁਤ ਆ। ਸੇਵਾ ਸੰਭਾਲ ਕਰਨ ਵਾਲੇ ਪਿਛਲੇ ਪਰਿਵਾਰ ਦੇ ਡਿੱਕੇ ਕੱਢੇ ਪਏ ਆ। 1 ਨੰਬਰ ਵੀ ਨੀਲੀ ਰਾਵੀ ਦੀ ਫੁੱਲੀ ਵਜਨ ਵਾਲੀ ਹੈ ਅਤੇ 2 ਨੰਬਰ ਵੀ ਫੁੱਲੀ ਵਜਨ ਵਾਲੀ ਆ, ਬਿਲਕੁਲ ਸਸਤੇ ਮੁੱਲ ਦੇ ਪਸ਼ੂ। 9 ਕਿਲੋ ਦੁੱਧ ਵਾਲੀ 75,000 ਦੀ, ਅਤੇ ਮਗਰ ਵੀ ਬੱਚਾ 4-5,000 ਦਾ, ਅਤੇ ਦਿੰਦਾ ਵੀ ਕੌਣ ਹੈ, ਕੋਈ ਨਹੀਂ ਦਿੰਦਾ ਵੀਰੇ। ਐਵੇਂ ਚੰਗਾ ਜਾਨਵਰ ਆਪਾਂ ਕਹਿ ਦਈਏ 10 ਦਿਨਾਂ ਦੀ 15 ਦਿਨਾਂ ਦੀ ਬਣੀ ਆ, ਆਪਾਂ ਨੂੰ ਮਾਲਕਾਂ ਨੇ ਦੱਸਿਆ ਵੀ ਨਹੀਂ, ਆਪਾਂ ਵੀ ਨਹੀਂ ਕਹਿੰਦੇ ਗਏ। ਸਹੀ ਹੈ, ਫਾਇਦਾ ਕੋਈ ਨਹੀਂ ਯਾਰ ਬਈ, ਐਵੇਂ ਵੀ ਵਿਕ ਜਾਣੀ ਹੈ। ਹਾਂ, ਵਿਕਣੀ ਹੋਈ ਉਵੇਂ ਵੀ ਵਿਕਣੀ ਹੋਈ। 3 ਨੰਬਰ ਤੇ ਆ ਜਾਈਏ, 3 ਨੰਬਰ ਵੀਰੇ 5 ਮਹੀਨੇ ਦੀ ਝੋਟੀ ਗੱਭਣ, ਮਗਰ ਇਹਦੇ ਕੱਟਾ ਹਾਲ ਆ ਵੀਰੇ, ਆਹਾ ਕੱਟਾ ਹਾਲ ਆਹਾ ਕੱਟਾ ਵੀਰੇ, ਤੇ ਮਾੜੇ ਮਾਰ ਦਿਓ ਭਾਉਂ। ਦੋਸਤੋ ਮਗਰ ਆ ਕੱਟਾ ਜਿਹੜਾ ਖੜਾ 5 ਮਹੀਨੇ ਦੀ, ਇਹਦੀ ਮਾਂ ਗੱਭਣ ਹੈ, 5 ਮਹੀਨੇ ਗੱਭਣਾ ਵੀਰੇ, ਗਰੰਟੀ ਇਹਦੀ ਏਡੀ ਆ, ਮੈਂ ਇਹਦੀ ਘਰੇ ਜਾ ਕੇ ਵੀ ਜੇ ਲੱਤ ਚੱਕ ਜੇ ਥਾਪੀ ਦੇ ਮਿਲ ਗਏ ਦੋਨੇ ਟਾਈਮ। ਠੀਕ ਹੈ, ਦੁੱਧ ਵੀਰੇ 6 ਕਿਲੋ, 7-8 ਕਿਲੋ ਕੋਈ ਨਹੀਂ, ਧਾਰ ਭੂਲ ਛਿੱਟਾ ਕੋਈ ਨਹੀਂ ਬਈ, ਸੀਸ ਲਾ ਕੇ ਤਾਂ ਕੋਈ ਮੁੱਲ ਨਹੀਂ, ਭਾਵੇਂ ਐਂ ਹੋਣੀ ਬਹਿ ਜਾ ਥਾਪੀ ਨਾਲ।
ਜਾਇਜ਼ ਮੁੱਲ ਦਾ ਮਾਰ ਵੀਰੇ 72,000 ਦੀ 72,000 ਪਹੁੰਚ ਸਾਰਿਆਂ ਦੀ ਆ ਬਾਈ ਠੀਕ ਹੈ 200 ਕਿਲੋਮੀਟਰ ਤੇ ਜਿਹੜੀ ਮਰਜ਼ੀ ਦੋਸਤੋ ਸਾਰੇ ਪਸ਼ੂਆਂ ਦੀ ਵੀਰ ਕਹਿੰਦਾ 200 ਕਿਲੋਮੀਟਰ ਤੱਕ ਦੀ ਪਹੁੰਚ ਹੋਮ ਡਿਲੀਵਰੀ ਕਰਨੀ ਆ 200 ਕਿਲੋਮੀਟਰ ਤੱਕ ਵੀਰ ਕਹਿੰਦਾ ਅਗਲਾ ਬੇਫਿਕਰ ਹੋ ਕੇ ਫੋਨ ਲਾ ਲੇ ਗੱਡੀ ਗੁੱਡੀ ਦਾ ਤੁਹਾਨੂੰ ਕੋਈ ਫਿਕਰ ਨਹੀਂ ਟਰਾਂਸਪੋਰਟ ਸਰਵਿਸ ਫ੍ਰੀ ਜਮਾਂ ਇਹ ਵੀ ਨੀਲੀ ਰਾਵੀ ਦੀ ਦੂਜਾ ਸੂਆ ਤੋਕੜ ਗੱਬਣ ਚੈੱਕ ਪਾਸ ਝੋਟੀ ਹੈ ਕਿੰਨੇ ਮਹੀਨਿਆਂ ਦੀ 5 ਮਹੀਨਿਆਂ ਦੀ ਗੱਬਣ ਹੈ ਦੁੱਧ ਕਿੰਨਾ 6 ਕਿਲੋ ਦੁੱਧ ਕੰਡੇ ਵਾਲਾ ਥਾਪੀ ਤੇ ਮਿਲਦੀ ਹੈ ਮਗਰੇ ਦੇ ਕੱਟਾ ਠੀਕ ਹੈ ਦੋਸਤੋ ਬਾਈ ਕਹਿੰਦਾ ਗਾਵਾਂ ਵਰਗੀ ਹੈ ਨੀਲੀ ਰਾਵੀ ਦੀ ਦੂਜਾ ਸੂਆ ਟੇਢੇ ਕੱਟ ਵਾਲੀ ਝੋਟੀ ਠੀਕ ਹੈ ਮੂੰਹ ਮੱਥੇ ਦੀ ਸੋਹਣੀ ਆ ਕੁੰਡਾ ਸਿੰਘ ਨੀਲੀ ਰਾਵੀ ਵਾਲੀ ਗੁਲਾਬੀ ਮਣਕੀ ਅੱਖ ਟੇਢਾ ਕੱਟ ਦੂਜਾ ਪਹਿਲੇ ਸੂਏ ਸੂਈ ਆ ਵਾਹ ਜੀ ਵਾਹ ਪਹਿਲਾ ਸੂਆ ਪਲੂਣ ਕੱਟੀ ਆ ਦੂਜੇ ਸੂਏ ਵੀਰ ਕਹਿੰਦਾ ਇਹਨੇ ਕਰਮ ਵਾਲੀ ਨੇ ਸੂਣਾ 72,000 ਦੀ ਬਾਈ ਕਹਿੰਦਾ ਦੇ ਦੂੰਗਾ 72,000 ਚੋਂ ਕੋਈ ਮਾਣ ਵੀਰ ਕਹਿੰਦਾ ਕਰ ਦੂੰ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ ਵਾਰ ਦੱਸਦਾ ਕਿਉਂਕਿ ਸਾਰੇ ਪਸ਼ੂ ਸੂਏ ਸਵਾਏ ਆ ਦੁਪਹਿਰੇ ਵੀਡੀਓ ਬਣਾ ਰਹੇ ਹਾਂ 1 ਵਜੇ ਸ਼ਾਮ ਦੀ ਚਵਾਈ 'ਚ ਅੱਧਾ ਦਿਨ ਪਿਆ ਜੇ ਕਿਤੇ ਸ਼ਾਮ ਦੇ ਟਾਈਮ ਆਥਣੇ ਵੀਡੀਓ ਬਣਾਉਂਦੇ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਬਾਕੀ ਜਿੰਨਾ ਦੁੱਧ ਵੀਰ ਦੱਸਦਾ ਹਰੇਕ ਪਸ਼ੂ ਥੱਲੇ ਕੰਡੇ ਵਾਲਾ ਤਿਆਰ ਹਾਂ ਇਹ ਤਾਂ ਗੱਲ ਸਹੀ ਹੈ ਹਾਂ ਦੋਸਤੋ ਇਹ ਗੱਲ ਵੀਰ ਦੀ ਸਹੀ ਹੈ ਕੋਈ ਬਾਹਲੇ ਵੱਡੇ ਸੂਏ ਵਾਲੀਆਂ ਮੱਝਾਂ ਨੀ ਕੋਈ 8ਵਾਂ ਸੂਆ 10ਵਾਂ ਸੂਆ ਖੋਲੀਆਂ ਜਿਹੀਆਂ ਖੜੀਆਂ ਹੋਣਗੀਆਂ ਸਾਰੀਆਂ ਨਵਾਂ ਹਾਣ 1 ਨੰਬਰ ਮੂੰਹ ਤੋਂ 6 ਦੰਦ ਦੂਜਾ ਸੂਆ ਦੁੱਲ ਨੀਲੀ ਰਾਵੀ ਦੀ 2 ਨੰਬਰ ਵੀ ਦੂਜਾ ਸੂਆ 11 ਕਿਲੋ ਦੁੱਧ 9 ਕਿਲੋ ਮੰਨ ਕੇ ਸੌਦਾ ਕਰ ਲਿਓ 3 ਨੰਬਰ ਨੀਲੀ ਰਾਵੀ ਦੀ ਟੇਢੇ ਕੱਟ ਵਾਲੀ ਸੁਨੱਖੀ ਝੋਟੀ ਪਹਿਲਾ ਸੂਆ ਪਲੂਣ 6 ਕਿਲੋ ਦੁੱਧ ਹੈ ਮਗਰ ਕੱਟਾ ਆ ਖੜਾ ਭੱਬੂ 72,000 ਦੀ ਦੇ ਦੇਣੀ ਇਦੂ ਘੱਟ ਮੁੱਲ ਚ ਮੈਨੂੰ ਤਾਂ ਲੱਗਦਾ ਨੀ ਕੋਈ ਭੈਣ ਭਰਾ ਤੁਹਾਨੂੰ ਪਸ਼ੂ ਦੇ ਦੂ 4 ਨੰਬਰ ਤੇ ਆ ਜਾਈਏ ਵੱਡੇ ਵੀਰੇ 4 ਨੰਬਰ 5 ਮਹੀਨੇ ਦੀ ਗੱਭਣ ਆਈ ਉਹ ਵੱਡਾ ਕੱਟ ਆਈ ਉਹਦੇ ਮਾਰ ਦੇ ਆਹਾ 5 ਮਹੀਨੇ ਦੀ ਗੱਭਣ ਵੀਰੇ 9 ਕਿਲੋ ਮਾਲਕਾਂ ਨੇ ਦੁੱਧ ਦੱਸਿਆ ਪਰ 7 ਕਿਲੋ ਦੱਸਦੇ ਆ ਕੱਟੇ ਦੇ ਦੋਨੇ ਟਾਈਮ ਮਿਲਣ ਦੀ ਆਪਾਂ ਅਗਲੇ ਕੋਈ ਗਰੰਟੀ ਨਹੀਂ ਹੁਣ ਧਾਰ ਵੀ ਨਹੀਂ ਮਾਰੀ ਚੋਣ ਪਸਮਾ ਦਾ ਕੋਈ ਲੇਖਾ ਨਹੀਂ ਬਈ ਇਹ ਵੀ ਪਲੂਣਾ 6 ਦੰਦ ਮੂੰਹ ਛਿੱਗੀ ਇਹ ਕਿੰਨੇ ਦੀ ਵੀਰੇ ਇਹ ਵੀ 72,000 ਦੀ ਕੱਢੀਏ ਬਾਹਰ ਮੁੱਲ ਵੀਰੇ ਜਿਵੇਂ ਜਾਇਜ਼ਾ ਤੋਕੜਾਂ ਦੇ ਫੰਡਰਾਂ ਵਾਲੇ ਜਾਂ ਉਹਦਾ ਅੰਦਰ ਵੀ ਬੱਚੇ ਆ ਮਗਰ ਵੀ ਬੱਚੇ ਹਾਂ ਦੋਸਤੋ ਬਿਲਕੁਲ ਜਾਇਜ਼ ਮੁੱਲ ਹੈ ਮਗਰ ਕੱਟਾ ਵੀ ਪੂਰਾ ਵੱਡਾ ਖੁੱਲੇ ਡੁੱਲੇ ਅੰਗਾਂ ਪੈਰਾਂ ਦਾ ਕਿੰਨੇ ਚਿਰ ਦੀ ਗੱਭਣਾ ਇਹ 7 ਕਿਲੋ ਬਾਈ ਕਹਿੰਦਾ ਦੁੱਧ ਠੰਡਾ ਮਾਲਕ ਕਹਿੰਦੇ 9 ਕਿਲੋ ਦੁੱਧ ਆ ਤੁਸੀਂ ਚਵਾਈ ਚੂਈ ਦਾ ਸੀਲ ਸਾਊ ਦਾ ਬਾਈ ਕਹਿੰਦਾ ਕੋਈ ਲੇਖਾ ਨੀ ਇੰਨੀ ਸੀਲ ਸਾਊ ਆ ਪਹਿਲਾ ਸੂਆ ਪਲੂਣ ਕੱਟੀ 7 ਕਿਲੋ ਮੰਨ ਕੇ ਆ ਜਾਓ ਲੋਕੀ ਫੰਡਰਾਂ ਜਿਹੜੀਆਂ ਨਹੀਂ ਕੱਢਣਾ ਵੀਰੇ ਉਹਨਾਂ ਦੇ ਮੰਗੀ ਹਾਂ ਦੋਸਤੋ ਵੱਡੀ ਵੱਡੀ ਬਹੁਤ ਆ ਕੋਨੀ ਆ ਪਹਿਲਾ ਸੂਆ ਪਲੂਣ ਕੱਟੀ 61 ਟਰੈਕਟਰ ਜਿੱਡੀ ਆ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਫੁੱਲ ਵੱਡੇ ਕੱਦ ਵਾਲੀ ਪਹਿਲਾ ਸੂਆ ਪਲੂਣ ਕੱਟੀ ਮਗਰ ਇਹਦੇ ਕੱਟਾ ਆ 2 ਨੰਬਰ ਤੇ ਵੱਡਾ ਬੱਚਾ ਸਾਰਿਆਂ ਨਾਲੋਂ ਦੋਵੇਂ ਟਾਈਮ ਬੱਚੇ ਤੇ ਬਾਈ ਕਹਿੰਦਾ ਮਿਲਦੀ ਆ 72,000 ਦੀ ਇਹ ਦੇ ਦੇਣੀ ਆ ਬਿਲਕੁਲ ਸਸਤੇ ਮੁੱਲ ਦੇ ਪਸ਼ੂ ਆ ਸਾਰੇ ਪਹਿਲਣ ਝੋਟੀ ਆ 4 ਨੰਬਰ 72,000 ਦੀ 7 ਕਿਲੋ ਅਗਲੇ 9 ਕਿਲੋ ਦੁੱਧ ਕਹਿੰਦੇ ਆ 7 ਕਿਲੋ ਮੰਨ ਕੇ ਆ ਜਾਓ ਆਪਾਂ ਤੁਹਾਨੂੰ 5-5 ਦੀਆਂ ਦੱਸੀਆਂ ਇਹ ਗੱਲ ਹੋ ਸਕਦੀ ਵੀਰੇ 10-15-20 ਦਿਨ ਵੱਧ ਹੋ ਸਕਦੇ ਘੱਟ ਹੋ ਸਕਦੇ ਆਪਣੇ ਘਰ ਦੀਆਂ ਆ ਤਾਂ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜਾਓ ਇਸ ਗੱਲ ਦੀ ਆਪਾਂ ਵੀਡੀਓ 'ਚ ਇਹ ਹੱਥ ਜੋੜ ਕੇ ਬੇਨਤੀ ਕਹਿੰਦੇ ਇਸ ਗੱਲ ਦਾ ਵੀਰੇ ਆਪਾਂ ਲਾਂਭਾਣੇ ਨਾ ਭੂਰ ਚਿੱਟਾ ਥਣ ਘੱਟ ਵੱਧ ਅਗਲਾ ਭਾਵਾਂ ਕਹਿ ਦੇ ਆਪਾਂ ਐਂ ਵੀ ਮੰਗਾ ਲਏ ਘਰੇ ਜੇ ਕਿਸੇ ਨੇ ਫੋਨ 'ਤੇ ਮੰਗਾਉਣੀ ਚੈੱਕ ਕਰਾ ਲਏ
ਆਪਾਂ ਜ਼ਿੰਮੇਦਾਰ ਨਹੀਂ, ਗੱਭਣ ਦੇ ਜ਼ਿੰਮੇਦਾਰ ਆ ਵੀ ਗੱਭਣ ਨਿਕਲੋ, ਠੀਕ ਹੈ, ਗੱਭਣ ਹੈਗੀ ਕੋਈ 10 20 ਦਿਨ ਕੰਮ ਛਾਂ, 10 20 ਦਿਨ ਵੱਧ ਘੱਟ ਨਿਕਲੇ ਵੀਰੇ, ਆਪਾਂ ਉਸ ਗੱਲ ਦੇ ਜ਼ਿੰਮੇਦਾਰ ਨਹੀਂ, ਮੁੜ ਕੇ ਐਵੇਂ ਕੱਲ ਨੂੰ ਰੌਲੇ ਪਾਉਂਦੇ ਫਿਰੀਏ, ਲੱਗਿਆ ਤਾਂ ਵੀਡੀਓ 'ਚ ਕਹਿੰਦੇ 5 ਮਹੀਨੇ ਸਾਡਾ ਵੀਰੇ ਆਪਦਾ ਟੀਕਾ ਨਹੀਂ ਭਰਾਇਆ, ਹਾਂ ਕੋਈ 4 ਦੀ ਵੀ ਹੋ ਸਕਦੀ ਹੈ, ਕੋਈ 4.5 ਦੀ ਵੀ, 5.5 ਦੀ ਵੀ ਹੋ ਸਕਦੀ, ਅਗਲਾ ਡਾਕਟਰ ਲੈਵੇ ਚੈੱਕ ਕਰਾ ਕੇ, ਇਸ ਗੱਲ ਦੇ ਆਪਾਂ ਵੀਰੇ ਗਾਰੰਟੀ ਨਹੀਂ ਦਿੰਦੇ, ਅੱਗੇ ਆ ਜੀਏ, ਗੱਭਣ ਦੀ ਗਾਰੰਟੀ ਜ਼ਰੂਰ ਦਵਾਂਗੇ, ਸਹੀ ਹੈ, 5 ਨੰਬਰ ਵੀਰੇ, ਆ 5 ਨੰਬਰ ਵਾਲੀ ਮੈਂ ਚੈੱਕ ਕਰਾਈ ਮਾਲਕਾਂ ਨੇ 2 ਮਹੀਨੇ ਦੱਸੀ ਆ, ਡਾਕਟਰ ਕਹਿੰਦਾ ਵੀ ਹੋਰ 20 ਦਿਨਾਂ ਨੂੰ ਚੈੱਕ ਕਰ ਦਾਂਗੇ ਬਾਈ, 50-50 ਹੈ, 50-50 ਵੀ ਆਪਾਂ ਕਹਿੰਦੇ ਜੀ, ਠੀਕ ਹੈ, ਆਪਾਂ ਨਹੀਂ ਕਹਿਣਾ ਬਾਈ, ਆਪਾਂ ਖਾਲੀ ਕਹਿ ਕੇ ਦੇਣੀ ਹੈ, ਠੀਕ ਹੈ, ਕੋਈ 50-50 ਵੀ ਨਹੀਂ ਕਹਿਣਾ, ਆਪਾਂ ਅਗਲਾ ਕਹੂੰਗਾ ਤੁਸੀਂ 50-50 ਕਹਿੰਦੇ ਜੀ ਤਾਂ ਲੈ ਲਈ, ਠੀਕ ਹੈ, ਪਿੱਠ ਪਿੱਛੇ ਲੈ ਕੇ ਗਾਲਾਂ ਕੱਢੀ ਜਾਵੇ, ਚਵਾਈ ਚੂਈ, ਯਾਨੀ ਕਿ ਖਾਲੀ ਮੰਨ ਕੇ ਆਵੇ, ਮੰਨ ਕੇ ਲਵੇ, ਡਾਕਟਰ ਕਹਿੰਦਾ ਸੋਚ ਵੀ ਹੋ ਸਕਦੀ ਹੈ, ਆਪਦੇ ਡਾਕਟਰ ਕੋਲ ਬਾਂਹ ਪਾਉਣੀ ਪਵਾ ਵੀ ਲੈਣ, ਸਮਝ ਕੋਈ ਤਰਾਜ਼ਗੀ, ਠੀਕ ਹੈ, 2 ਮਹੀਨਿਆਂ ਦੀ ਮਾਲਕਾਂ ਨੇ ਦੱਸਿਆ ਜੀ ਸ਼ਾਇਦ ਘੱਟ ਆ, ਡਾਕਟਰ ਕਹਿੰਦਾ ਤਾਂ ਨਹੀਂ ਸਮਝਦਾ ਸੀ, ਬੱਚਾ ਮਗਰ ਆ, ਬੱਚੇ ਤੇ ਮਿਲਦੀ ਦੋਨੇ ਟਾਈਮ, ਠੀਕ ਹੈ, ਬੱਚਾ ਕਿਹੜਾ ਇਹਦਾ, ਬੱਚਾ ਇਹਦਾ ਆ ਜਿਹੜਾ 2 ਨੰਬਰ, 1 ਨੰਬਰ ਚ ਬਾਈ, ਬੱਚੇ ਸਾਰਿਆਂ ਦੇ, ਦੁੱਧ ਕਿੰਨਾ, ਦੁੱਧ ਵੀਰੇ ਥੱਲੇ 7 ਕਿਲੋ ਆ, 6 ਮਨ, ਜੈਜ ਜਾ ਮੁੱਲ, ਜੈਜ ਜਾ ਮੁੱਲ ਵੀਰੇ 50,000, ਛੱਡੀਏ ਬਾਰ ਨੂੰ, 52,000 ਦੀ ਦੇ ਦੇਣੀ ਆ, 5 ਨੰਬਰ, ਦੁੱਧ ਕਿੰਨਾ ਦੱਸਿਆ ਇਹਦਾ, 6 ਕਿਲੋ ਮੰਨ ਕੇ, ਅਗਲਾ ਆ ਜੇ ਖੁੱਲਾ ਦੁੱਧ ਕੰਡੇ ਵਾਲਾ, ਮਗਰੇ ਦੇ ਘੱਟਾ ਜਿਨ੍ਹਾਂ ਤੋਂ ਲਈ ਉਹ ਦੱਸਦੇ ਆ ਕਿ 2 ਮਹੀਨਿਆਂ ਦੀ ਗੱਭਣ ਆ, ਪਰ ਬਾਈ ਕਹਿੰਦਾ ਖਾਲੀ ਮੰਨ ਕੇ ਆਇਓ, ਅਗਲਾ 20 ਦਿਨਾਂ ਨੂੰ ਆਪਦੀ ਚੈੱਕ ਕਰਾ ਲਏ, ਖਾਲੀ ਮੰਨ ਕੇ ਅਗਲਾ ਆਵੇ, ਇੱਕ ਵੀਰੇ ਵੀਰ ਭਰਾ ਅਗਲਾ ਕਹਿੰਦਾ ਬੁੜੀਆਂ ਨੇ ਚੂਣੀ ਸੀਲ ਸਲੱਗ ਹੋਵੇ, ਸੀਲ ਸਲੱਗ ਦੀ ਵੀਰੇ ਘਰ ਦੀ ਵੀ ਗਰੰਟੀ, ਠੀਕ ਹੈ, ਬੱਚੇ ਤੇ ਦੋਨੇ ਟਾਈਮ ਬੁੜੀਆਂ ਕੋਲੇ ਆਈ ਆ, ਮਿਲਣ ਦੀ ਅਗਲੇ ਦੀ ਸੀਲ ਸਲੱਗ ਦੀ ਆਪਣੀ ਘਰ ਦੀ ਗਰੰਟੀ, ਠੀਕ ਹੈ, ਪੁੱਤ ਵੀਰੇ ਸੇਵਾ ਕਰ ਲੂ, 10 ਵੀ ਚੋਲੂਗਾ, ਨਾ ਚੋ ਪਾਊਗਾ ਤਾਂ 4 ਵੀਰੇ, ਸਹੀ ਹੈ, ਦੋਸਤੋ ਬਾਈ ਕਹਿੰਦਾ ਫੁੱਲ ਸੀਜ ਸਾਊ ਹੈ ਅਗਲਿਆਂ ਦੀ, ਜਿਨ੍ਹਾਂ ਤੋਂ ਲਈ ਆ ਉਹਨਾਂ ਦੀਆਂ ਬੁੜੀਆਂ ਚ ਆਉਂਦੀਆਂ ਸੀ, ਲੱਤ ਵੀ ਚੱਕ ਕੇ ਵੀਰ, ਵੀਰ ਕਹਿੰਦਾ ਉਹਦੀ ਗਰੰਟੀ ਆ ਜੇ ਲੱਤ ਵੀ ਚੱਕ ਜੇ ਤਾਂ, ਇਹ ਸਾਰਾ ਮਾਲ ਹੀ ਸੇਲ ਆ, ਵਕਾਊ ਆ, ਥਣ ਸਾਰੀਆਂ ਦੇ ਸੋਹਣੇ ਆ, ਹੱਥੀ ਚਵਾਈ ਵਾਲੇ ਥਣ ਤਾਂ ਕਿਸੇ ਦੀ ਵੀ ਹੈ ਨਹੀਂ, ਚੋਣ ਦਾ ਬਾਈ ਸਾਰੀਆਂ ਨੂੰ ਕੋਈ ਲੇਖਾ ਹੀ ਨਹੀਂ ਹੈ, ਠੀਕ ਹੈ, ਉਹਦੇ ਥੱਲੇ ਜਿਹੜੇ ਬਾਈ ਦੋਨਾਂ ਮਗਰ ਦੇ ਥਣਾ ਛੱਟਾ ਮਾਰ, 2 ਨੰਬਰ ਤੇ 10 ਦਾ, ਠੀਕ ਹੈ, ਮਗਰਲੇ ਦੋਵਾਂ ਥਣਾ ਚ ਝੋਟੀ ਵੀਰੇ, ਅੱਜ ਵੀ 1-10-5 ਦੀ, ਆਪਾਂ ਕਹਿ ਕੇ ਅਗਲੇ ਨੂੰ ਲਈਏ, ਕਹਿ ਕੇ ਵਿੱਚ, ਸਹੀ ਹੈ, ਐਵੇਂ ਅਗਲੇ ਨਾਲ ਕੋਈ ਐਮ ਗਾਲੇ ਚੂਲ ਚਲਾਕੀ ਕਰਕੇ ਭੇਜੀ ਉੱਥੇ ਜਾ ਕੇ ਅਗਲਾ ਗਾਲਾਂ ਕੱਢੀ ਜਾਵੇ, ਕੋਈ ਫਾਇਦਾ ਨਹੀਂ, ਦੋਸਤੋ ਆਹ ਜਿਹੜੀ 2 ਨੰਬਰ ਝੋਟੀ ਆ ਇਹਦੇ ਮਗਰਲੇ ਥਣਾ ਚੋਂ ਛਿੱਟਾ ਮਾਰਦੀ ਆ ਦੁੱਧ, ਜਿੰਨਾ ਦੱਸਿਆ ਕੰਡੇ ਵਾਲਾ, ਪਰ ਮੁੱਲ ਵੀ ਜਾਇਜ਼ ਹੀ ਆ, ਕੱਟਿਆਂ ਵਾਲਾ ਭਾਈ ਕੀਤਾ ਬਾਈ ਨੇ, 75,000 ਦੀ ਦੇ ਦੇਣੀ ਹੈ ਤਾਂ ਭਾਵੇਂ ਜਾਂਦੀ ਅਗਲਾ ਕੱਟਿਆਂ ਨੂੰ ਵੇਚਦੇ ਇੰਨੇ ਦੀ, ਤਾਂ ਜਿਹੜਾ ਦੁੱਧ ਪੀ ਲਓਗੇ ਤੁਸੀਂ 6 ਮਹੀਨੇ ਉਹ ਫ੍ਰੀ ਦਾ ਰਹਿ ਜਾਏ, ਲੱਸੀ ਹੰਬੀ ਦਾ ਜ਼ਰੂਰ ਆ, ਹਾਂ ਵੀ ਦੁੱਧ ਦੇ ਥੱਲੇ 7 ਕਿਲੋ ਆ, ਇੱਕ ਟਾਈਮ ਟੀਕੇ ਤੇ ਮਿਲਦੀ, ਇੱਕ ਟਾਈਮ ਥਾਪੀ ਤੇ ਮਿਲਦੀ, ਜੇ ਕਿਸੇ ਦੁੱਧ ਦਾ ਡੰਗਾ ਸਾਰਨ ਲਈ ਲੈਣੀ ਹੋਵੇ, ਠੀਕ ਆਪਾਂ 35,000 ਦੇ ਕੱਟਿਆਂ ਵਾਲੇ ਮੁੱਲ ਅਗਲੇ ਨੂੰ ਦਿੱਤੇ, 35,000 ਦੇ ਦੁੱਧ ਕਿੰਨਾ, ਦੁੱਧ ਵੀਰੇ 7 ਕਿਲੋ, ਵਧੀਆ, ਇੱਕ ਟਾਈਮ ਥਾਪੀ ਤੇ ਮਿਲਦੀ, ਇੱਕ ਟਾਈਮ ਟੀਕੇ ਤੇ ਲੱਤ ਚੱਕਦੀ ਨਹੀਂ, ਜਿਹਨੇ ਦੁੱਧ ਦਾ ਡੰਗਾ ਸਾਰਨਾ ਵੀਰੇ ਚੰਗੀ, 35,000 ਦੀ ਮਾਲਕਾਂ ਨੇ ਬਣੀ ਦੱਸਿਆ ਵੀਰੇ, ਆਪਾਂ ਨਹੀਂ ਕਹਿੰਦੇ, 35,000 ਦੀ ਦੇ ਦੇਣੀ ਆ ਲਾਸਟ, 7 ਕਿਲੋ ਦੁੱਧ ਹੈ, ਸੁਬਹਾ ਇੱਕ ਟਾਈਮ ਟੀਕਾ ਲਵਾਉਂਦੀ, ਇੱਕ ਟਾਈਮ ਥਾਪੀ ਤੇ ਮਿਲਦੀ ਆ, ਜੇ ਕਿਸੇ ਭੈਣ ਭਰਾ ਨੇ ਬਾਈ ਕਹਿੰਦਾ ਦੁੱਧ ਦਾ ਨਾਂ ਸਰਦਾ ਹੋਵੇ, ਪੈਸੇ ਥੋੜੇ ਲਾਉਣੇ ਹੋਣ, ਡੰਗਾ ਸਾਰਨਾ ਹੋਵੇ, ਠੀਕ ਹੈ, ਬਾਈ ਕਹਿੰਦਾ 35,000 ਦੀ ਤਾਂ ਕੱਟਿਆਂ ਵਾਲੇ ਵੀ ਲੈ ਜਾਂਦੇ, ਪਰ 7 ਕਿਲੋ ਦੁੱਧ ਆ, ਮੇਰਾ ਬਾਈ ਕਹਿੰਦਾ ਜੀ ਕਰਦਾ ਕਿ ਕੱਟਿਆਂ ਨੂੰ ਨਾ ਫੜਾਵਾਂ, ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਹੋਣ, ਦੁੱਧ ਦਾ ਬੁੱਤਾ ਲਾ ਦੂਗੀ, 7 ਕਿਲੋ ਦੁੱਧ, 3.5 ਕਿਲੋ ਸੁਬਹਾ, 3.5 ਕਿਲੋ ਸ਼ਾਮ ਨੂੰ, ਇੱਕ ਟਾਈਮ ਟੀਕਾ ਲਵਾਉਂਦੀ ਆ, ਇੱਕ ਟਾਈਮ ਥਾਪੀ ਤੇ ਮਿਲਦੀ ਆ, ਥਾਂ 4 ਹੀ ਹੱਥੀ ਚਵਾਈ ਵਾਲੇ ਫੂਡ ਸ਼ਾਂਕ, ਕੋਈ ਭੂਰਾ ਵੀ ਨਹੀਂ, ਚਵਾਈ 1 ਨੰਬਰ, ਚਵਾਈ 1 ਨੰਬਰ ਆ, 35,000 ਦੀ ਫਿਰ 7 ਕਿਲੋ ਦੁੱਧ ਵਾਲੀ, ਮੈਂ ਅੱਜ ਦਿੰਦਾ ਵੀ ਕੌਣ ਆ, ਕੋਈ ਵਿਖਾਉਂਦਾ ਵੀ ਨਹੀਂ,
ਠੀਕ ਹੈ ਆਪਾਂ ਦਿੰਦੇ ਤਾਂ ਨਹੀਂ ਬਈ ਹੁਣ ਵੀ ਕੱਟਣ ਵਾਲਾ ਮੰਗਦਾ ਹੈਗਾ ਯਾਰ ਮੈਂ ਕਹਿੰਦਾ ਸ਼ਾਇਦ ਕਿਤੇ ਇਹਦੀ ਵਧੀ ਹੋਈ ਜਾਂ ਸਹੀ ਹੈ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੈ ਦੀਆਂ ਬਿਲਕੁਲ ਸਸਤੇ ਮੁੱਲ ਦੀਆਂ ਇਹ ਸਾਰੀਆਂ ਮੱਝਾਂ ਝੋਟੀਆਂ ਸੇਲ ਆ ਵਕਾਊ ਆ ਇਦੋਂ ਘੱਟ ਮੁੱਲ 'ਚ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਭੈਣ ਭਰਾ ਕੋਲੋਂ ਤੁਹਾਨੂੰ ਪਸ਼ੂ ਮਿਲ ਜਾਣਗੇ ਸਾਰੀਆਂ ਝੋਟੀਆਂ ਰਾਜੀ ਆ ਵੱਡੇ ਕੱਦ ਕਾਠ ਵਾਲੀਆਂ ਇੱਕ ਨੰਬਰ ਮੂੰਹ ਤੋਂ 6 ਦੰਦ ਨੀਲੀ ਰਾਵੀ ਨਸਲ ਦੀ ਦੂਜਾ ਸੂਆ ਤਾਜ਼ੀ ਸੂਈ ਸਵਾਈ ਜਵਾਂਦਰੂ ਦੁੱਲ ਟੌਪ ਦੀ ਝੋਟੀ ਮਗਰ ਕੱਟੀ ਥਾਂ ਤੁਹਾਨੂੰ ਦੁਬਾਰਾ ਵਿਖਾ ਦੇਣਾ ਦੋ ਹੀ ਥਾਂ ਹੈ ਆਦੀ ਚਵਾਈ ਵਾਲੇ ਗੈਪ 'ਚ ਲੱਗੇ ਹੋਏ ਆ ਆਏ ਨਹੀਂ ਗਾ ਕੋਈ ਥਣ ਪਾਸੇ ਕੋਈ ਨਿੱਕਾ ਮੋਟਾ ਹੋਊਗਾ ਨਿਸ਼ਾਨ ਵੀ ਹੈ ਨਹੀਂ ਥਾਂ ਦਾ ਦੋ ਹੀ ਥਾਂ ਹੈ ਹੱਥੀ ਚਵਾਈ ਵਾਲੇ ਗੁਲਾਬੀ ਗੈਪ 'ਚ ਲੱਗੇ ਹੋਏ ਆ 75,000 ਦੀ ਭਾਵੇਂ ਕੱਟੇ ਵਾਲਿਆਂ ਨੂੰ ਅਗਲਾ ਜਾਂਦਾ 75,000 ਦੀ ਵੇਚਦੇ ਪਰ ਦੁੱਧ ਬਹੁਤ ਆ ਬਾਲਟੀ ਦੁੱਧ ਹੀ ਇਸ ਟਾਈਮ ਤਿਆਰ ਹੈ ਇੱਕ 3 ਨੰਬਰ 'ਤੇ ਨੀਲੀ ਰਾਵੀ ਦੀ 5 ਮਹੀਨਿਆਂ ਦੀ ਗੱਭਣ ਚੈੱਕ ਪਾਸ ਟੇਢੇ ਕੱਟ ਵਾਲੀ ਪਹਿਲਣ ਝੋਟੀ ਬਾਕੀ ਮੋਬਾਈਲ ਨੰਬਰ ਸਕਰੀਨ 'ਤੇ ਚੱਲੀ ਜਾਂਦਾ ਜਿਹਦਾ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਫੋਨ ਨੰਬਰ 'ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।